ਨਾਭਾ ਸ਼ਹਿਰ ਦੇ ਦੇਵੀ ਦਿਆਲਾ ਚੌਂਕ ਵਿੱਚ ਇੱਕ 50 ਸਾਲਾ ਵਿਅਕਤੀ ਦੀ ਲਾਸ਼ ਮਿਲਣ ਨਾਲ ਸ਼ਹਿਰ ਵਿੱਚ ਸਨਸਨੀ ਫੈਲ ਗਈ। ਨਾਭਾ ਕੋਤਵਾਲੀ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਦੇ ਡੈੱਡ ਹਾਊਸ ਵਿੱਚ ਰਖਵਾ ਦਿੱਤਾ ਗਿਆ ਹੈ। ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਨਾਭਾ ਕੋਤਵਾਲੀ ਦੇ SHO ਕਰਨੈਲ ਸਿੰਘ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਤੇ ਮੌਕੇ ਤੇ ਜਾ ਕੇ ਵੇਖਿਆ ਕਿ ਇਹ ਲਾਸ਼ ਲਵਾਰਿਸ ਲੱਗ ਰਹੀ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਤਾਂ ਬੇਸਿਕਲੀ ਕੋਈ ਪ੍ਰਵਾਸੀ ਜਿਹਾ ਬੰਦਾ ਲੱਗਦਾ, ਉਹ ਕੋਈ ਜਿਵੇਂ ਨਾਭੇ ਸ਼ਹਿਰ 'ਚ ਕੋਈ ਨਵਾਂ ਆਇਆ, ਜਾਂ ਤਾਂ ਜਿਵੇਂ ਆ ਮਾਤਾ ਦੇਵੀ ਦੇ ਚਾਲੇ ਨੇ, ਕੋਈ ਨੰਘਦਾ ਬੜਦਾ ਪ੍ਰਵਾਸੀ ਬੰਦਾ ਹੈਗਾ। ਉਹ ਦੇਵੀ ਦਿਆਲਾ ਚੌਂਕ ਕੋਲ ਤਕਰੀਬਨ ਇਹਦੀ ਉਮਰ ਹੈਗੀ ਹੈ 50 ਤੋਂ 55 ਦੇ ਦਰਮਿਆਨ, ਅਤੇ ਕੱਪੜੇ ਵੀ ਇੱਦਾਂ ਹੀ ਪਾਏ ਹੋਏ ਨੇ ਜਿਵੇਂ ਕੋਈ ਦੇਵੀ ਦਾ ਭਗਤ ਹੁੰਦਾ। ਅਤੇ ਆਈਡੈਂਟੀਫਿਕੇਸ਼ਨ ਹੋਈ ਨਹੀਂ, ਅਸੀਂ ਇਹਦੀ ਡੈੱਡ ਬੋਡੀ ਸਿਵਲ ਹਸਪਤਾਲ ਦੇ ਵਿੱਚ ਰਖਾਤੀ ਹੈ, ਅਤੇ ਆਈਡੈਂਟੀਫਿਕੇਸ਼ਨ ਵਾਸਤੇ ਅਸੀਂ ਤੁਹਾਨੂੰ ਵੀ ਰਿਕੁਐਸਟ ਕਰਦੇ ਹਾਂ ਕਿ ਚੈਨਲ ਦੇ ਰਾਹੀਂ ਸਾਡੀ ਮਦਦ ਕਰੋ, ਵੱਧ ਤੋਂ ਵੱਧ ਇਹਦੀ ਆਈਡੈਂਟੀਫਿਕੇਸ਼ਨ ਕਰਵਾਓ। ਨਾਭਾ ਤੋਂ ਜਾਗਤੀ ਲੈ ਲਈ ਦੀਪਕ ਮੰਗਾ ਦੀ ਰਿਪੋਰਟ।